ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਯਮ ਤੜਕਾ ਪੰਜਾਬੀ ਕੁਕਿੰਗ ਦੇ ਵਿੱਚ ਅੱਜ ਬਣਾਵਾਂਗੇ ਆਪਾਂ ਤੋਰੀਆਂ ਦੀ ਸਬਜ਼ੀ ਇਹਨੂੰ ਕਾਲੀ ਤੋਰੀ ਜਾਂ ਫਿਰ ਆਮ ਤੋਰੀ ਵੀ ਕਿਹਾ ਜਾਂਦਾ ਹੈ ਅਗਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਨਾਲ ਲੱਗਦੇ ਬੈੱਲ ਆਈਕਨ ਜ਼ਰੂਰ ਪ੍ਰੈਸ ਕਰੋ ਤਾਂ ਕਿ ਮੇਰੀ ਆਉਣ ਵਾਲੀ ਹਰ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲਣ ਅਤੇ ਆਓ ਰੈਸਪੀ ਬਣਾਉਣਾ ਸ਼ੁਰੂ ਕਰਦੇ ਹਾਂ ਅਤੇ ਹੁਣ ਕੜਾਹੀ ਵਿੱਚ ਪਾਵਾਂਗੇ ਆਪਾਂ 3 ਚਮਚ ਦੇਸੀ ਘਿਓ ਦੇ ਤੁਸੀਂ ਇਹ ਸਬਜ਼ੀ ਤੇਲ ਵਿੱਚ ਵੀ ਬਣਾ ਸਕਦੇ ਹੋ 1/2 ਚਮਚ ਪਾਵਾਂਗੇ ਜੀਰਾ ਅਤੇ ਹਲਕਾ ਜਿਹਾ ਫਰਾਈ ਕਰ ਲਵਾਂਗੇ ਅਤੇ 1 ਚਮਚ ਪਾਵਾਂਗੇ ਅਦਰਕ ਅਤੇ ਲਸਣ ਕੁੱਟਿਆ ਹੋਇਆ ਇਹ ਸਬਜ਼ੀ ਆਪਾਂ ਬਹੁਤ ਹੀ ਸਿੰਪਲ ਤਰੀਕੇ ਨਾਲ ਅਤੇ ਘੱਟ ਤੋਂ ਘੱਟ ਮਸਾਲਿਆਂ ਨਾਲ ਬਣਾ ਰਹੇ ਹਾਂ ਅਤੇ ਹਲਕਾ ਜਿਹਾ ਫਰਾਈ ਕਰ ਲਵਾਂਗੇ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਬਰੀਕ ਕੱਟ ਕੇ ਪਾਵਾਂਗੇ ਹੁਣ ਪਿਆਜ਼ ਨੂੰ ਆਪਾਂ ਫਰਾਈ ਕਰ ਲਵਾਂਗੇ ਤੇ ਪਿਆਜ਼ ਨੂੰ ਆਪਾਂ ਬਹੁਤ ਜ਼ਿਆਦਾ ਗੋਲਡਨ ਫਰਾਈ ਨਹੀਂ ਕਰਨਾ ਹੈ ਪਿਆਜ਼ ਨੂੰ ਹਲਕਾ ਜਿਹਾ ਆਪਾਂ ਗੁਲਾਬੀ ਰੰਗ ਦਾ ਹੀ ਰੱਖਾਂਗੇ ਤੇ ਹੁਣ ਪਿਆਜ਼ ਦਾ ਕਲਰ ਹਲਕਾ ਚੇਂਜ ਹੋ ਗਿਆ ਹੈ ਤਾਂ ਹੁਣ ਆਪਾਂ ਇਹਦੇ ਵਿੱਚ ਪਾਵਾਂਗੇ 1/2 ਚਮਚ ਕਸ਼ਮੀਰੀ ਲਾਲ ਮਿਰਚ 1/2 ਚਮਚ ਪਾਵਾਂਗੇ ਹਲਦੀ ਪਾਊਡਰ 1/2 ਚਮਚ ਪਾਵਾਂਗੇ ਧਨੀਆ ਪਾਊਡਰ ਅਤੇ ਨਮਕ ਪਾਵਾਂਗੇ ਸਵਾਦ ਅਨੁਸਾਰ ਅਤੇ ਹੁਣ ਮਸਾਲਿਆਂ ਨੂੰ ਵੀ ਆਪਾਂ 1 ਮਿੰਟ ਮੀਡੀਅਮ ਫਲੇਮ ਦੇ ਉੱਪਰ ਫਰਾਈ ਕਰ ਲਵਾਂਗੇ ਅਤੇ ਹੁਣ 2 ਟਮਾਟਰ ਅਤੇ 2 ਹਰੀਆਂ ਮਿਰਚਾਂ ਮੈਂ ਮਿਕਸੀ ਵਿੱਚ ਪੀਸ ਕੇ ਪਾ ਦਿੱਤੀਆਂ ਹਨ ਟਮਾਟਰ ਤੁਸੀਂ ਕੱਟ ਕੇ ਪਾ ਸਕਦੇ ਹੋ ਪਰ ਅਗਰ ਤੁਸੀਂ ਇਸ ਤਰ੍ਹਾਂ ਪੀਸ ਕੇ ਟਮਾਟਰ ਪਾਓਗੇ ਤਾਂ ਉਹਦੇ ਨਾਲ ਸਬਜ਼ੀ ਦਾ ਸਵਾਦ ਬਹੁਤ ਹੀ ਜ਼ਿਆਦਾ ਵੱਧ ਜਾਏਗਾ ਅਤੇ ਹੁਣ ਆਪਾਂ ਤੜਕੇ ਨੂੰ ਉਦੋਂ ਤੱਕ ਪਕਾਵਾਂਗੇ ਜਦੋਂ ਤੱਕ ਤੜਕਾ ਘਿਓ ਨਹੀਂ ਛੱਡ ਦਿੰਦਾ ਅਤੇ ਤੜਕਾ ਹੁਣ ਸਾਡਾ ਪੁੱਜ ਕੇ ਬਹੁਤ ਵਧੀਆ ਤਿਆਰ ਹੋ ਗਿਆ ਤੁਸੀਂ ਦੇਖ ਸਕਦੇ ਹੋ ਅਤੇ ਇੱਥੇ ਹੁਣ ਮੈਂ 500 ਗ੍ਰਾਮ ਤੋਰੀਆਂ ਲਈਆਂ ਹਨ ਅਤੇ ਇਹਨਾਂ ਨੂੰ ਮੈਂ ਚੰਗੀ ਤਰ੍ਹਾਂ ਨਾਲ ਛਿੱਲ ਕੇ ਅਤੇ ਧੋ ਕੇ ਇਸ ਤਰ੍ਹਾਂ ਕੱਟ ਲਿਆ ਹੈ ਅਤੇ ਆਪਾਂ ਇਹਨੂੰ ਕੜਾਹੀ ਵਿੱਚ ਪਾ ਦੇਵਾਂਗੇ ਅਤੇ ਤੋਰੀਆਂ ਨੂੰ ਹੁਣ ਆਪਾਂ ਚੰਗੀ ਤਰ੍ਹਾਂ ਤੜਕੇ ਦੇ ਵਿੱਚ ਮਿਕਸ ਕਰ ਦੇਵਾਂਗੇ ਅਤੇ ਹੁਣ ਤੋਰੀਆਂ ਨੂੰ ਆਪਾਂ 2 ਤੋਂ 3 ਮਿੰਟ ਇਸੇ ਤਰ੍ਹਾਂ ਪਕਾਉਂਦੇ ਰਵਾਂਗੇ ਅਤੇ ਪਾਣੀ ਇਹਦੇ ਵਿੱਚ ਬਿਲਕੁਲ ਨਹੀਂ ਪਾਉਣਾ ਹੈ ਅਤੇ ਗੈਸ ਦੀ ਫਲੇਮ ਆਪਾਂ ਇੱਥੇ ਲੋਅ ਤੋਂ ਮੀਡੀਅਮ ਰੱਖਾਂਗੇ ਤਾਂ ਹੁਣ ਆਪਾਂ ਇਹਨੂੰ ਢੱਕ ਕੇ ਪਕਾਵਾਂਗੇ 10 ਮਿੰਟ ਵਾਸਤੇ ਅਤੇ ਹੁਣ 10 ਮਿੰਟ ਹੋ ਗਏ ਆ ਹੁਣ ਆਪਾਂ ਚੈੱਕ ਕਰਦੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਤੋਰੀਆਂ ਕਿੰਨੀਆਂ ਵਧੀਆ ਲੱਗ ਰਹੀਆਂ ਵਾ ਅਤੇ ਹੁਣ ਜਿਹੜਾ ਤੋਰੀਆਂ ਨੇ ਪਾਣੀ ਵੀ ਛੱਡਿਆ ਹੋਇਆ ਵਾ ਆਪਾਂ ਬਿਲਕੁਲ ਪਾਣੀ ਨਹੀਂ ਪਾਇਆ ਸਬਜ਼ੀ ਦੇ ਵਿੱਚ ਸਬਜ਼ੀ ਬਹੁਤ ਹੀ ਵਧੀਆ ਲੱਗ ਰਹੀ ਆ ਅਤੇ 2 ਕੁ ਮਿੰਟ ਆਪਾਂ ਸਬਜ਼ੀ ਨੂੰ ਢੱਕ ਕੇ ਹੋਰ ਪਕਾਵਾਂਗੇ ਅਤੇ ਹੁਣ 2 ਮਿੰਟ ਹੋ ਗਏ ਆ ਤਾਂ ਹੁਣ ਆਪਾਂ ਚੈੱਕ ਕਰਦੇ ਹਾਂ ਸਬਜ਼ੀ ਬਹੁਤ ਹੀ ਵਧੀਆ ਪਰਫੈਕਟ ਕੁੱਕ ਹੋ ਗਈ ਹੈ ਹੁਣ ਅਸੀਂ ਇਹਦੇ ਵਿੱਚ ਪਾਵਾਂਗੇ ਥੋੜ੍ਹਾ ਜਿਹਾ ਗਰਮ ਮਸਾਲਾ ਅਤੇ ਬਰੀਕ ਕੱਟਿਆ ਹੋਇਆ ਹਰਾ ਧਨੀਆ ਅਤੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਦੇਵਾਂਗੇ ਤੋਰੀਆਂ ਦੀ ਸਬਜ਼ੀ ਅਸੀਂ ਬਹੁਤ ਹੀ ਸਿੰਪਲ ਤਰੀਕੇ ਨਾਲ ਬਣਾਈ ਹੈ ਅਤੇ ਘੱਟ ਤੋਂ ਘੱਟ ਮਸਾਲਿਆਂ ਨਾਲ ਤਿਆਰ ਕੀਤੀ ਸਬਜ਼ੀ ਸਬਜ਼ੀ ਬਹੁਤ ਹੀ ਜ਼ਿਆਦਾ ਹੈਲਦੀ ਹੈ ਕਿਉਂਕਿ ਅਸੀਂ ਇਹਨੂੰ ਦੇਸੀ ਘਿਓ ਦੇ ਵਿੱਚ ਬਣਾਇਆ ਹੈ ਅਤੇ ਤੁਸੀਂ ਇੱਕ ਵਾਰੀ ਇਹ ਸਬਜ਼ੀ ਜ਼ਰੂਰ ਟਰਾਈ ਕਰਨਾ ਅਤੇ ਮੈਨੂੰ ਕਮੈਂਟਸ ਵਿੱਚ ਦੱਸਣਾ ਕਿ ਤੁਹਾਨੂੰ ਮੇਰੀ ਰੈਸਪੀ ਕਿਸ ਤਰ੍ਹਾਂ ਲੱਗੀ ਅਗਰ ਤੁਹਾਨੂੰ ਮੇਰੀ ਰੈਸਪੀਜ਼ ਪਸੰਦ ਆਉਂਦੀ ਹੈ ਤਾਂ ਪਲੀਜ਼ ਮੇਰੇ ਚੈਨਲ ਯਮ ਤੜਕਾ ਪੰਜਾਬੀ ਕੁਕਿੰਗ ਨੂੰ ਜ਼ਰੂਰ ਸਬਸਕ੍ਰਾਈਬ ਕਰੋ ਅਤੇ ਫਿਰ ਮਿਲਦੇ ਇੱਕ ਨਵੀਂ ਰੈਸਪੀ ਦੇ ਨਾਲ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ